ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ ਮਾਈ ਕ੍ਰੀਏਟੀਵਿਟੀ। ਦੇਖਿਆ, ਅੱਜ ਮੈਂ ਤੁਹਾਡੇ ਲਈ ਬਹੁਤ ਹੀ ਆਸਾਨ ਜਿਹਾ ਦੋ ਰੰਗਾਂ ਦਾ ਪੈਟਰਨ ਲੈ ਕੇ ਆਈ ਹਾਂ। ਇਸ ਨੂੰ ਤੁਸੀਂ ਆਲ ਬੇਬੀਜ਼, ਬੋਆਇਜ਼ ਔਰ ਜੈਂਟਸ ਸਵੈਟਰ ਵਿੱਚ ਅਪਲਾਈ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਹਨੂੰ ਮਲਟੀ ਕਲਰ ਵਿੱਚ ਵੀ ਬਣਾ ਸਕਦੇ ਹੋ। ਦੇਖੀ, ਡਿਜ਼ਾਇਨ ਨੂੰ ਬਣਾਉਣ ਲਈ ਸਾਨੂੰ 4 ਦੇ ਮਲਟੀਪਲ ਦੇ ਹਿਸਾਬ ਨਾਲ ਫੰਦੇ ਚਾਹੀਦੇ ਨੇ। 4 + 4 + 4, ਇੱਕ ਫੰਦਾ ਅਸੀਂ ਐਕਸਟਰਾ ਲਵਾਂਗੇ ਤਾਂ ਪੈਟਰਨ ਸੈੱਟ ਆਏਗਾ। ਮੀਨ 'ਚ 4-4 ਫੰਦਿਆਂ ਦਾ ਜੋੜ ਲੈ ਕੇ ਇੱਕ ਫੰਦਾ ਅਸੀਂ ਵਾਧੂ ਲੈਣਾ। ਬਾਰਡਰ ਤੋਂ ਬਾਅਦ ਸਿੱਧੀ ਸਾਈਡ ਤੋਂ ਅਸੀਂ ਆਪਣਾ ਡਿਜ਼ਾਇਨ ਸ਼ੁਰੂ ਕਰਾਂਗੇ। ਦੇਖੀ, ਬੇਸ ਕਲਰ ਤੋਂ ਬਾਅਦ ਅਸੀਂ ਆਪਣਾ ਸੈਕਿੰਡ ਕਲਰ ਲਾਵਾਂਗੇ। ਦੇਖੀ, ਮੈਂ ਇਹ ਸੈਕਿੰਡ ਕਲਰ ਅਟੈਚ ਕੀਤਾ ਡਿਜ਼ਾਇਨ ਦੀ ਪਹਿਲੀ ਸਿਲਾਈ। ਇਹ 4 ਰਿਪੀਟ ਪੈਟਰਨ ਹੈ, ਹਰੀ ਕਲਰ ਦੀਆਂ 4-4 ਸਿਲਾਈਆਂ ਪੈਣਗੀਆਂ। ਬੇਦ ਆਸਾਨ ਜਿਹਾ ਡਿਜ਼ਾਇਨ ਔਰ ਫਟਾਫਟ ਬਣਦਾ। ਦੇਖੀ, ਇੱਕ ਫੰਦਾ ਅਸੀਂ ਸਿੱਧਾ ਬਣਾਇਆ, 1, 2, 3। ਦੇਖੀ, ਹੁਣ ਅਸੀਂ 3 ਫੰਦੇ ਸਲਿਪ ਕੀਤੇ ਨੇ। ਉਸ ਤੋਂ ਬਾਅਦ ਇੱਕ ਫੰਦਾ ਸਿੱਧਾ ਬਣਾਇਆ, 1, 2, 3 ਫੰਦੇ ਸਲਿਪ ਕੀਤੇ ਨੇ। ਇੱਕ ਫੰਦਾ ਸਿੱਧਾ, 3 ਫੰਦੇ ਇਸ ਤਰ੍ਹਾਂ ਉਤਾਰਨੇ। ਦੇਖੀ, ਪੂਰੀ ਰੋਅ ਅਸੀਂ ਇਸ ਤਰ੍ਹਾਂ ਹੀ ਕੰਪਲੀਟ ਕਰਨੀ ਹੈ। ਸਾਡੇ ਜਿੰਨੇ ਵੀ ਫੰਦੇ ਹੋਣਗੇ, ਇੱਕ ਫੰਦਾ ਬਣਾਉਣਾ, 3 ਉਤਾਰਨੇ, ਇੱਕ ਬਣਾਉਣਾ, 3 ਉਤਾਰਨੇ, ਇੱਕ ਬਣਾਉਣਾ, 3 ਉਤਾਰਨੇ। ਬੈਕ ਸਾਈਡ ਤੋਂ ਅਸੀਂ ਕੀ ਕਰਨਾ, ਦੇਖੀ, ਜੋ ਫੰਦਾ ਬੁਣਿਆ ਹੋਇਆ ਅਸੀਂ ਉਹਨੂੰ ਬਣਾ ਲਵਾਂਗੇ ਬਲਿਊ। ਦੇਖੀਏ, ਸਾਡੇ 3 ਫੰਦੇ ਨੇ ਵਾਈਟ, ਇਹਦੇ ਵਿੱਚ ਵਾਲਾ ਅਸੀਂ ਸਲਿਪ ਕਰਨਾ, ਬਾਕੀ ਫੰਦੇ ਅਸੀਂ ਬਲਿਊ ਬਣਾਉਂਗੇ। ਦੇਖੀਏ, ਇਹ ਵੀ ਫੰਦਾ ਬਣਾਇਆ, ਹੁਣ ਵਿੱਚ ਵਾਲਾ ਆ ਗਿਆ, ਇਹ ਫੰਦਾ ਅਸੀਂ ਇਸ ਤਰ੍ਹਾਂ ਸਲਿਪ ਕਰਾਂਗੇ। ਹੁਣ 1, 2, 3 ਹੁਣ 3 ਫੰਦੇ ਬਣਾਉਣੇ ਨੇ, ਇੱਕ ਫੰਦਾ ਅਸੀਂ ਇਸ ਤਰ੍ਹਾਂ ਸਲਿਪ ਕਰਨਾ, 1, 2, 3 ਇੱਕ ਫੰਦਾ ਅਸੀਂ ਇੱਦਾਂ ਸਲਿਪ ਕਰਾਂਗੇ। ਲਾਸਟ ਦੇ ਸਾਡੇ 2-2 ਫੰਦੇ ਆਉਣਗੇ। ਦੇਖੀਏ, ਸਾਡੀ ਡਿਜ਼ਾਇਨ ਦੀ 2 ਸਿਲਾਈਆਂ ਕੰਪਲੀਟ ਹੁੰਦੀਆਂ ਨੇ। ਹੁਣ ਤੀਸਰੀ ਰੋ ਵਿੱਚ ਅਸੀਂ ਕੀ ਕਰਾਂਗੇ, ਪੂਰੀ ਸਿਲਾਈ ਇਸ ਤਰ੍ਹਾਂ ਅਸੀਂ ਸਿੱਧੇ ਸਿੱਧੇ ਫੰਦਿਆਂ ਨਾਲ ਹੀ ਬਣਾਉਣੀ ਆ। ਦੇਖੀ, 3 ਸਿਲਾਈਆਂ ਸਾਡੀਆਂ ਕੰਪਲੀਟ ਹੋ ਗਈਆਂ। ਹੁਣ 4th ਰੋ, ਚੌਥੀ ਸਿਲਾਈ ਵਿੱਚ ਅਸੀਂ ਕੀ ਕਰਨਾ, ਬੈਕ ਸਾਈਡ ਤੋਂ ਪੂਰੇ ਫੰਦੇ ਪਰਲ ਵਾਈਜ਼ ਉਲਟੇ ਹੀ ਬਣਾਉਣੇ ਨੇ। ਦੇਖੀ, 4 ਸਿਲਾਈਆਂ ਸਾਡੀਆਂ ਇਹਦੇ ਨਾਲ ਕੰਪਲੀਟ ਹੁੰਦੀਆਂ ਨੇ। ਹੁਣ ਅਸੀਂ ਅਗੇਨ ਆਪਣਾ ਬੇਸ ਕਲਰ ਲਵਾਂਗੇ। ਬੇਸ ਕਲਰ ਨਾਲ 5ਵੀਂ ਸਿਲਾਈ ਸਾਡੀ, ਇੱਕ ਫੰਦਾ ਅਸੀਂ ਸਿੱਧਾ ਬਣਾਇਆ, ਜਿਸ ਤਰ੍ਹਾਂ ਅਸੀਂ ਬਲਿਊ ਨਾਲ ਫਸਟ ਰੋ ਬਣਾਈ ਸੀ, 1, 2, 3 ਹੁਣ ਫਿਰ 3 ਫੰਦੇ ਅਸੀਂ ਸਲਿਪ ਕਰਨੇ ਨੇ, ਇੱਕ ਫੰਦਾ ਸਿੱਧਾ, 1, 2, 3 3 ਫੰਦੇ ਸਲਿਪ, ਇੱਕ ਫੰਦਾ ਸਿੱਧਾ, ਸੇਮ ਫਸਟ ਰੋ ਦੀ ਤਰ੍ਹਾਂ ਹੀ ਆ। ਦੇਖੀ, ਹੁਣ ਬੈਕ ਸਾਈਡ ਵੀ ਉੱਦਾਂ ਹੀ ਬਣਾਉਣੀ ਆ, ਪਹਿਲਾ ਫੰਦਾ ਉਲਟਾ ਬਣਾਇਆ। ਦੇਖੀ, ਹੁਣ ਸਾਡੇ 3 ਫੰਦੇ ਨੇ, ਵਿੱਚ ਵਾਲਾ ਅਸੀਂ ਸਲਿਪ ਕਰਾਂਗੇ, 2 ਫੰਦੇ ਬਣਾਏ, ਇਹ ਵਾਲਾ ਅਸੀਂ ਇੱਦਾਂ ਸਲਿਪ ਕਰਨਾ। ਹੁਣ 1, 2, 3 ਇਹ ਫੰਦਾ ਅਸੀਂ ਸਲਿਪ ਕਰਾਂਗੇ, 1, 2, 3 ਇਹ ਫੰਦਾ ਅਸੀਂ ਸਲਿਪ ਕਰਾਂਗੇ, 2 ਫੰਦੇ ਉਲਟੇ। ਹੁਣ
6 ਸਿਲਾਈਆਂ ਸਾਡੀਆਂ ਕੰਪਲੀਟ ਹੋ ਗਈਆਂ। 7ਵੀਂ ਸਿਲਾਈ ਸਿੱਧੀ ਸਾਈਡ 7th ਰੋ ਅਸੀਂ ਪੂਰੀ ਇਸ ਤਰ੍ਹਾਂ ਸਿੱਧੀ ਸਿੱਧੀ ਬੁਣਨੀ ਆ ਸਿੱਧੇ ਫੰਦਿਆਂ ਨਾਲ। ਏਟਥ ਰੋ ਬੈਕ ਸਾਈਡ ਤੋਂ ਪੂਰੀ ਰੋ ਅਸੀਂ ਪਲ ਵਾਈਜ਼ ਉਲਟੀ ਬਣਾਵਾਂਗੇ। ਦੇਖੀਏ ਫਰੈਂਡਸ, ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ, ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਹੋ, ਪਲੀਜ਼ ਫਰੈਂਡਸ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਸਾਥ ਹੀ ਬੈਲ ਆਈਕਨ ਪ੍ਰੈਸ ਕਰਨਾ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਦੇਖੀਏ ਇਸ ਤਰ੍ਹਾਂ ਸਾਡਾ ਇਹ ਪੈਟਰਨ ਬਣਦਾ ਜਾਏਗਾ। ਫਿਰ ਤੋਂ ਸਾਡਾ ਇਹ ਸੈਕਿੰਡ ਕਲਰ ਨਾਲ ਇੱਥੋਂ ਫਸਟ ਰੋ ਫਿਰ ਤੋਂ ਰਿਪੀਟ ਹੋਏਗੀ। ਇਹੀ 8 ਸਿਲਾਈਆਂ ਅਸੀਂ ਅੱਗੇ ਅੱਗੇ ਰਿਪੀਟ ਕਰਦੇ ਜਾਣਾ। ਠੀਕ, ਬਣਾਵਾਂਗੇ ਤਾਂ ਡਿਜ਼ਾਇਨ ਇੱਦਾਂ ਲੱਗੇਗਾ। ਦੇਖੀ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਵਿੱਚ ਪਾ ਸਕਦੇ ਹੋ। ਬੇਦ ਆਸਾਨ ਔਰ ਫਟਾਫਟ ਬਣਨ ਵਾਲਾ ਡਿਜ਼ਾਇਨ ਹੈ ਜੀ, ਬਣ ਕੇ ਵੀ ਬਹੁਤ ਪਿਆਰਾ ਲੱਗਦਾ। ਦੇਖੀ ਪਲੀਜ਼ ਫਰੈਂਡਸ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ।